ਹਰ ਸਿਮਰੈ ਸੋਈ ਸੰਤ ਵਿਚਾਰੋ ਅਵਰ ਜਨਮ ਬੇਕਾਮ ਰਾਮ ਬਿਨ ਕੋਟ ਜਨਮ ਸੋ ਉਪਰ ਬਾਰੋ ਟੇਕ ਹਰ ਪਦ ਬਿਮੁਖ ਕੁਟਲ ਮਾਇਆ ਰਤ ਰਾਮ ਚਰਨ ਜਿਥੋਂ ਨਾ ਸਾਨ ਜਿਨ ਮਨ ਮਾਨ ਹਉ ਮੈਂ ਬਸੈ ਤੈ ਜਨ ਸੰਤ ਕਹੋ ਕਿਮ ਮਾਨ ਕਪਟ ਡੰਪ ਪਰ ਨਿੰਦਾ ਬੂੜੋ ਸੰਤ ਜਨਮ ਪਉ ਕਿਲ ਵਿਸ਼ਕਾਰੀ ਜਿਉਂ ਵਰਿਆ ਰੁੱਤ ਬੂੰਦ ਉਦੇ ਮੈਂ ਆਈ ਮਿਲੇ ਸੋਈ ਜਲ ਖਾਰੋ ਤਾਂ ਪ੍ਰਸੰਗ ਸੀਪ ਸਵਾਤ ਨਿਛਤਰ ਮੋਤੀ ਨਿਪਜਤ ਨੀਰ ਤੈ ਨਿਆਰੋ ਕੈਰਵ ਦਾਸ ਮੋਹ ਮਦ ਤਿਆਗੋ ਰਾਮ ਚਰਨ ਮਨ ਸੰਤ ਵਿਚਾਰੋ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਸਭ ਜੀਵਾਂ ਨੂੰ ਸੰਤਾਂ ਦੀ ਸੰਗਤ ਵਿੱਚ ਜਾ ਕੇ ਉਹਨਾਂ ਪਾਸੋਂ ਨਾਮਦਾਨ ਪ੍ਰਾਪਤ ਕਰਕੇ ਹਰ ਦਾ ਸਿਮਰਨ ਕਰਕੇ ਅਮੋਲਕ ਜਨਮ ਸਫਲ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ। ਹਰ ਸਿਮਰੈ ਸੋਈ ਸੰਤ ਵਿਚਾਰੋ ਅਵਰ ਜਨਮ ਬੇਕਾਮ ਰਾਮ ਬਿਨ ਕੋਟ ਜਨਮ ਸੋ ਉਪਰ ਬਾਰੋ ਟੇਕ ਹਰ ਸਿਮਰੈ ਸੋਈ ਸੰਤ ਵਿਚਾਰੋ ਜੋ ਸੰਤ ਹਰ ਦਾ ਸਿਮਰਨ ਕਰਦੇ ਹਨ ਉਹੀ ਸ੍ਰੇਸ਼ਟ ਸਮਝੇ ਜਾਂਦੇ ਹਨ। ਉਹਨਾਂ ਬਾਰੇ ਇਹ ਸ੍ਰੇਸ਼ਟ ਵਿਚਾਰ ਕੀਤੀ ਜਾਂਦੀ ਹੈ ਕਿ ਹਰ ਦਾ ਸਿਮਰਨ ਕਰਨ ਵਾਲੇ ਸੰਤ ਮਹਾਨ ਹਨ। ਅਵਰ ਜਨਮ ਬੇਕਾਮ ਰਾਮ ਬਿਨ ਕੋਟ ਜਨਮ ਸੋ ਉਪਰ ਵਾਰੋ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਜੋ ਜੀਵ ਦਾ ਮੂਲਕ ਜਨਮ ਹੈ ਕਿਸੇ ਕੰਮ ਆਉਣ ਵਾਲਾ ਨਹੀਂ ਹੈ, ਪਾਪ ਵਿਅਰਥ ਜਾ ਰਿਹਾ ਹੈ। ਇਸ ਲਈ ਜੀਵ ਨੂੰ ਕਰੋੜਾਂ ਜਨਮ ਸੰਤਾਂ ਤੋਂ ਨਿਸ਼ਾਵਰ ਕਰਨੇ ਚਾਹੀਦੇ ਹਨ। ਹਰ ਪਦ ਬੇਮੁਖ ਕੁਟਲ ਮਾਇਆ ਰਤ ਰਾਮ ਚਰਨ ਜਿਥੋਂ ਨਾ ਸਾਨ ਜਿਨ ਮਨ ਮਾਨ ਹਉ ਮੈਂ ਬਸੈ ਤੈ ਜਨ ਸੰਤ ਕਹੋ ਕਿਮ ਮਾਨ ਹਰ ਪਦ ਬੇਮੁਖ ਕੁਟਿਲ ਮਾਇਆ ਰਤ ਰਾਮ ਚਰਨ ਚਿਤੋਂ ਨਾ ਸਾਨੈ। ਸਤਿਗੁਰੂ ਜੀ ਪਰਮਾਉਂਦੇ ਹਨ ਜਿਹੜਾ ਜੀਵ ਹਰ ਦੀ ਪ੍ਰਾਪਤੀ ਰੂਪੀ ਪਰਮ ਪਦ ਨੂੰ ਭੁੱਲ ਜਾਂਦਾ ਹੈ, ਉਹ ਪ੍ਰਭੂ ਤੋਂ ਬੇਮੁਖ ਹੋ ਜਾਂਦਾ ਹੈ ਔਰ ਉਹ ਜੀਵ ਪਾਪ ਕਰਮ ਕਰਦਾ ਹੈ, ਮਾਇਆ ਵਿੱਚ ਖਚਤ ਹੋ ਜਾਂਦਾ ਹੈ ਔਰ ਉਹ ਜੀਵ ਪਰਮਾਤਮਾ ਨੂੰ ਆਪਣੇ ਚਿੱਤ ਵਿੱਚ ਯਾਦ ਨਹੀਂ ਕਰਦਾ, ਪ੍ਰਭੂ ਦੀ ਸ਼ਰਨ ਗ੍ਰਹਿਣ ਨਹੀਂ ਕਰਦਾ।
ਜਿਨ ਮਨ ਮਾਨ ਹਉਮੈ ਬਸੈ ਤੈ ਜਨ ਸੰਤ ਕਹੋ ਕਿਮ ਮਾਨੈ। ਜਿਸ ਜੀਵ ਦੇ ਹਿਰਦੇ ਵਿੱਚ ਹੰਕਾਰ ਹੈ ਔਰ ਉਹ ਜੀਵ ਸੰਤਾਂ ਨੂੰ ਕਿਸ ਪ੍ਰਕਾਰ ਮੰਨ ਸਕਦਾ ਹੈ। ਭਾਵ ਜਿਸ ਜੀਵ ਦੇ ਹਿਰਦੇ ਵਿੱਚ ਮਾਨ ਹੈ ਹੰਕਾਰ ਹੈ ਉਹ ਜੀਵ ਸੰਤਾਂ ਨੂੰ ਨਹੀਂ ਮੰਨਦਾ, ਆਪਣੇ ਹੰਕਾਰ ਵਿੱਚ ਫਸ ਕੇ ਦੁਖੀ ਹੁੰਦਾ ਹੈ। ਕਪਟ ਡੰਬ ਪਰ ਨਿੰਦਾ ਬੂੜੋ ਸੰਤ ਜਨਮ ਪਾਉ ਕਿਲ ਵਿਸ਼ਕਾਰੀ ਜਿਉਂ ਬਰਿਆ ਰੁੱਤ ਬੂੰਦ ਉਦੇ ਮੈਂ ਆਈ ਮਿਲੇ ਸੋਈ ਜਲ ਖਾਰੋ। ਕਪਟ ਡੰਬ ਪਰ ਨਿੰਦਾ ਬੂੜੋ ਸੰਤ ਜਨਮ ਪੈ ਕਿਲ ਵਿਸ਼ਕਾਰੀ। ਕਪਟ ਕਰਨਾ, ਬਾਰੀ ਦਿਖਾਵੇ ਕਰਨੇ, ਪਰਾਈ ਨਿੰਦਾ ਕਰਨੀ, ਸੰਤਾਂ ਦੀ ਕਿਰਪਾ ਨਾਲ ਐਸੇ ਕਠਿਨ ਪਾਪਾਂ ਦਾ ਨਾਸ ਹੋ ਜਾਂਦਾ ਹੈ। ਜਿਉਂ ਬਰੀਆ ਰੁੱਤ ਬੂੰਦ ਉਦੈ ਮੈਂ ਆਈ ਮਿਲੇ ਸੋਈ ਜਲ ਖਾਰੋ। ਜਦੋਂ ਵਰਖਾ ਹੁੰਦੀ ਹੈ ਔਰ ਸਾਰੀਆਂ ਹੀ ਜੋ ਬੂੰਦਾਂ ਹਨ ਧਰਤੀ 'ਤੇ ਪੈਂਦੀਆਂ ਹਨ ਔਰ ਫਿਰ ਸਾਰਾ ਪਾਣੀ ਜਾ ਕੇ ਸਮੁੰਦਰ ਦੇ ਖਾਰੇ ਜਲ ਵਿੱਚ ਸਮਾ ਜਾਂਦਾ ਹੈ, ਇਸੇ ਪ੍ਰਕਾਰ ਜੋ ਜੀਵ ਸੰਤਾਂ ਦੀ ਸੰਗਤ ਕਰਦਾ ਹੈ ਉਸਦੇ ਕਠਿਨ ਪਾਪਾਂ ਦਾ ਨਾਸ ਹੋ ਜਾਂਦਾ ਹੈ ਔਰ ਇਹ ਆਤਮਾ ਰੂਪੀ ਬੂੰਦ ਸੰਤਾਂ ਦੀ ਕਿਰਪਾ ਨਾਲ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ। ਤਾਂ ਪ੍ਰਸੰਗ ਸੀਪ ਸੁਬਾਤ ਨਛੱਤਰ ਮੋਤੀ ਨਿਪਜਤ ਨੀਰ ਤੇ ਨਾਰੋ ਕਹਿ ਰਵਦਾਸ ਮੋਹ ਮਦ ਤਿਆਗੋ ਰਾਮ ਚਰਣ ਮਨ ਸੰਤ ਵਿਚਾਰੋ। ਜਾ ਪ੍ਰਸੰਗ ਸੀਪ ਸਵਾਤ ਨਛੱਤਰ ਮੋਤੀ ਨਿਪਜਤ ਨੀਰ ਤੈ ਨਿਆਰੋ। ਜੋ ਸਵਾਤੀ ਨਛੱਤਰ ਸਮੇਂ ਬੂੰਦ ਛਿੱਪੀ ਵਿੱਚ ਪੈਂਦੀ ਉਸ ਨਾਲ ਮੋਤੀ ਉਤਪੰਨ ਹੁੰਦੇ ਹਨ, ਇਹ ਗੱਲ ਨਿਆਰੀ ਹੈ। ਇਸ ਲਈ ਜੋ ਸਵਾਸ ਪਰਮਾਤਮਾ ਦੇ ਸਿਮਰਨ ਵਿੱਚ ਲੱਗਦੇ ਹਨ ਉਹ ਲੇਖੇ ਵਿੱਚ ਲੱਗਦੇ ਹਨ। ਕਹਿ ਰਵਿਦਾਸ ਮੋਹ ਮਦ ਤਿਆਗੋ ਰਾਮ ਚਰਨ ਮਨ ਸੰਤ ਵਿਚਾਰੋ। ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਭਾਈ ਮੋਹ ਦਾ ਹੰਕਾਰ ਦਾ ਤਿਆਗ ਕਰਕੇ ਪ੍ਰਭੂ ਦੇ ਚਰਨਾਂ ਕਮਲਾਂ ਨਾਲ ਚਿੱਤ ਜੋੜੋ। ਐਸੀ ਵਿਚਾਰ ਸੰਤਾਂ ਦੀ ਸੰਗਤ 'ਚ ਉਤਪੰਨ ਹੁੰਦੀ ਹੈ। ਸੰਤ ਐਸੀ ਵਿਚਾਰ ਕਰਦੇ ਹਨ ਹਮੇਸ਼ਾ, ਜੀਵਾਂ ਨੂੰ ਪਰਮਾਤਮਾ ਦੇ ਨਾਮ ਨਾਲ ਜੋੜਦੇ ਹਨ ਕਿ ਭਾਈ ਮੋਹ ਹੰਕਾਰ ਆਦਿਕ ਦਾ ਤਿਆਗ ਕਰਕੇ ਪ੍ਰਭੂ ਦੇ ਚਰਨਾਂ ਕਮਲਾਂ ਨਾਲ ਮਨ ਜੋੜ ਕੇ ਆਪਣਾ ਮੂਲਕ ਜਨਮ ਸਫਲ ਕਰੋ। ਇਸ ਲਈ ਸਭ ਜੀਵਾਂ ਨੂੰ ਸੰਤਾਂ ਦੀ ਸੰਗਤ ਕਰਨੀ ਚਾਹੀਦੀ ਹੈ। ਜੈ ਗੁਰਦੇਵ।